जालंधर में लगातार ट्रैवल एजेंटों की ठगी का शिकार हो रहे हैं लोग, जिसके चलते आज शिवसेना बाल ठाकरे की टीम द्वारा एजेंटों से तंग परेशान हुए लोगों के साथ मिलकर कमिश्नर साहब को दिया गया मांग पत्र और एजेंटों को सावधान रहने की दी चेतावनी और कहा कि अगर इन्होंने ठगी करने का काम बंद नहीं किया तो जल्द ही करेंगे इनके खिलाफ मुहिम जारी। ਕੀ ਮਾਮਲਾ ਕੀ ਹੈਗਾ ਜੀ ਸਾਰਾ ਤੁਸੀਂ ਜੀ? ਮੇਰੇ ਖਿਲਾਫ਼ ਬਾਹਰ ਜਾਣ ਲਈ ਫਰੋਡ ਹੋਇਆ ਆ, ਬਾਹਰ ਜਾਣ ਦੀ ਗੱਲ ਹੋਈ ਸੀਗੀ ਅਤੇ ਮੈਂ ਅਤੇ ਮੇਰਾ ਬ੍ਰਦਰ ਸੀਗਾ ਨਾਲ, ਇੰਸਟਾਗ੍ਰਾਮ 'ਤੇ ਗੱਲ ਹੋਈ ਸੀਗੀ ਇਹਨਾਂ ਨਾਲ। ਕਿੰਨਾ ਨਾਲ ਹੋਈ ਸੀ ਗੱਲ ਜੀ? ਇਹ ਰੈੱਡ ਜ਼ੋਨ ਨੀਲਕੰਠ ਟਾਵਰ BMC ਚੌਂਕ ਮੂਹਰੇ ਇੱਧਰ ਗੱਲਬਾਤ ਹੋਈ ਸੀਗੀ ਇਹਨਾਂ ਨਾਲ ਅਤੇ ਬਾਅਦ 'ਚ ਇੰਸਟਾਗ੍ਰਾਮ 'ਤੇ ਗੱਲਬਾਤ ਕਰਕੇ ਫਿਰ ਇਹਨਾਂ ਨੇ ਕਿਹਾ ਸੀਗਾ ਦਫ਼ਤਰ ਵਿਜ਼ਿਟ ਕਰੋ ਸਾਡੇ, ਅਤੇ ਦਫ਼ਤਰ ਵਿਜ਼ਿਟ ਕੀਤਾ ਸੀਗਾ ਗੱਲਬਾਤ ਕਰਕੇ, ਫਿਰ ਇਹਨਾਂ ਨੇ ਕਿਹਾ ਸੀਗਾ ਕਿ 8 ਲੱਖ ਰੁਪਇਆ ਲੱਗਣਾ ਆ ਅਤੇ 8 ਲੱਖ 'ਚ ਗੱਲ ਬਣ ਜੂਗੀ ਤੁਹਾਡੀ, ਅਤੇ ਜਿਹਦੇ ਵਿੱਚੋਂ ਆਪਾਂ 3 ਲੱਖ ਰੁਪਇਆ ਦਿੱਤਾ ਹੋਇਆ ਇਹਨਾਂ ਨੂੰ, ਸਾਡੇ ਕੋਲ 1 ਲੱਖ ਦੀ ਰਸੀਦ ਪਈ ਹੋਈ ਆ ਅਤੇ ਜਿਹੜਾ 2 ਲੱਖ ਆ ਉਹ ਸਾਡੇ ਕੋਲ ਰਸੀਦ ਨੇ ਹੈਗੀ, ਇਹਨਾਂ ਨੇ ਕਿਹਾ ਸੀ ਬਾਅਦ 'ਚ ਵਿਜ਼ਿਟ ਕਰਕੇ ਰਸੀਦ ਲੈ ਜਾਈਓ, ਉਹਨਾਂ ਨੇ ਰਸੀਦ ਨੇ ਦਿੱਤੀ ਆ ਅਤੇ ਬਾਅਦ 'ਚ 15-20 ਦਿਨਾਂ ਬਾਅਦ ਕੰਪਨੀ ਬੰਦ ਆਪਣਾ ਬੰਦ ਹੋ ਗਿਆ। ਪੈਸੇ ਭਾਅ ਜੀ ਕਿੱਦਾਂ ਕਿੱਦਾਂ ਦਿੱਤੇ ਤੁਸੀਂ? ਮੈਂ 80,000 ਰੁਪਇਆ ਗੂਗਲ ਪੇਟੀਐਮ ਥਰੂ ਟ੍ਰਾਂਸਫਰ ਕੀਤਾ ਆ ਅਤੇ 2,20,000 ਰੁਪਇਆ ਕੈਸ਼ ਦਿੱਤਾ ਹੋਇਆ। ਅਤੇ ਉਹਦੀ ਕੋਈ ਰਸੀਦ ਹੈਗੀ ਕੈਸ਼ ਦੀ? ਕੈਸ਼ ਦੀ ਮੇਰੇ ਕੋਲ ਸਿਰਫ 1 ਲੱਖ ਦੀ ਰਸੀਦ ਪਈ ਹੈ। ਫਸਟ ਟਾਈਮ ਮੈਂ 1 ਲੱਖ ਰੁਪਇਆ ਦਿੱਤਾ ਸੀਗਾ, 50,000 ਆਪਣਾ, 50,000 ਬਦਲ ਦਿੱਤਾ ਅਤੇ ਉਹਦੀ 1 ਲੱਖ ਦੀ ਰਸੀਦ ਪਈ ਹੋਈ ਹੈ, ਜਿਹੜਾ 2 ਲੱਖ ਦਿੱਤਾ ਬਾਅਦ 'ਚ ਉਹਦੀ ਰਸੀਦ। ਅਤੇ ਕਦੋਂ ਪੈਸੇ ਦਿੱਤੇ ਤੁਸੀਂ? ਏਜੰਟ ਦਾ ਨਾਂ ਕੀ ਹੈ? ਅਕਤੂਬਰ ਮਹੀਨੇ ਦਿੱਤੇ ਹੋਏ ਆ। ਨਾਮ ਕੀ ਹੈ ਏਜੰਟ ਦਾ? ਏਜੰਟ ਦਾ ਮੇਰੀ ਪ੍ਰੀਆ ਨਾਲ ਗੱਲ ਹੋਈ ਸੀਗੀ ਅਤੇ ਨਾਲ ਸਾਹਿਲ ਨਾਲ, ਉਹਨਾਂ ਨਾਲ ਗੱਲਬਾਤ ਹੋਈ ਸੀਗੀ, ਬਾਅਦ ਹੁਣ ਉਹਨਾਂ ਦਾ ਨੰਬਰ ਹੀ ਸੋਚਿਆ ਫੰਦ ਵੀ। ਕਿੰਨੀ ਦੇਰ ਹੋ ਗਈ ਇਹ ਗੱਲਬਾਤ ਨੂੰ? ਅਕਤੂਬਰ ਮਹੀਨੇ ਹੋਈ ਸੀਗੀ, ਸਪਟੰਬਰ ਮਹੀਨੇ ਗੱਲਬਾਤ ਸ਼ੁਰੂ ਹੋਈ ਸੀਗੀ। ਉਸ ਤੋਂ ਬਾਅਦ ਤੁਸੀਂ ਦਫ਼ਤਰ ਗਏ ਸੀ? ਹਾਂਜੀ ਹਾਂਜੀ, ਵਿਜ਼ਿਟ ਕਰਦੇ ਰਹੇ ਆ ਦਫ਼ਤਰ ਅਤੇ ਉਹ ਹਰ ਟਾਈਮ ਟਾਲਦੇ ਰਹੇ ਕਿ ਭਾਈ ਬਾਅਦ 'ਚ ਆ ਕੇ ਲੈ ਜਾਓ, ਬਾਅਦ 'ਚ ਆ ਕੇ ਲੈ ਜਾਓ। ਸਾਡੇ ਕੋਲ ਟਾਈਮ ਵੀ ਉਹਨਾਂ ਹੀ ਹੁੰਦਾ ਸੀਗਾ ਕਿਉਂਕਿ ਮੈਂ ਕੈਟਰਿੰਗ ਦਾ ਕੰਮ ਕਰਦਾ ਹਾਂ ਅਤੇ ਦੂਰ ਬਾਅਦ ਜਾਂਦਾ ਰਹਿਣਾ, ਫਿਰ ਬਾਅਦ 'ਚ ਵਿਜ਼ਿਟ ਕੀਤਾ ਤਾਂ ਕੰਪਨੀ ਬੰਦ ਸੀ। ਤੁਸੀਂ ਅੱਜ CPO ਵੀ ਆਏ ਆ ਅਤੇ ਕੀ ਮਤਲਬ? ਮੈਂ ਇਹੀ ਕਿ ਭਾਈ ਮੇਰੀ ਜਿਹੜਾ ਓਰੀਜਨਲ ਪਾਸਪੋਰਟ ਹੈ ਅਤੇ ਜਿਹੜੀ ਪੇਮੈਂਟ ਦਿੱਤੀ ਉਹ ਮੈਨੂੰ ਵਾਪਸ ਚਾਹੀਦੀ ਹੈ, ਵਾਪਸ ਮਿਲ ਜਾਵੇ। ਠੀਕ, 2 ਪਾਸਪੋਰਟ ਦਿੱਤੇ ਹੋਏ ਓਰੀਜਨਲ, ਉਹ ਵਾਪਸ ਮਿਲ ਜਾਣ ਸਾਨੂੰ। ਠੀਕ। ਮੈਂ ਸਰ ਸ਼ਿਵਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਤੋਂ ਡਿਸਟ੍ਰਿਕਟ ਯੂਥ ਪ੍ਰੈਜ਼ੀਡੈਂਟ ਨਵੀਂ ਤਲਵਾੜ। ਮੈਂ ਆਇਆ ਵੀਰ ਨਾਲ ਨਾ ਕਿਸੇ ਏਜੰਟ ਨੇ ਧੱਕਾ ਕੀਤਾ, ਉਹਦਾ ਨਾਂ ਜੀ ਸੁਮਿਤ ਕੁਮਾਰ ਅਤੇ ਦੂਜੇ ਦਾ ਨਾਂ ਹੈਗਾ ਨਿਤਿਸ਼ ਕਈ। ਆਪਾਂ ਇਹ ਵੀਰ ਦੇ ਨਾਲ ਅੱਜ CP ਦਫ਼ਤਰ ਆਏ ਹਾਂ ਕੰਪਲੇਂਟ ਦੇਣ। ਇਹਨਾਂ ਨੇ 3 ਲੱਖ ਦਾ ਇਹਨਾਂ ਵੀਰ ਨਾਲ ਫਰੋਡ ਕੀਤਾ ਵਾ ਅਤੇ ਆਪਾਂ ਜਲਦ ਹੀ ਜਿੰਨੇ ਵੀ ਇਹ ਫਰੋਡ ਵਾਲੇ ਜਿਹੜੇ ਏਜੰਟ ਹੈਗੇ ਜਲੰਧਰ ਦੇ ਵਿੱਚ ਉਹਨਾਂ ਖਿਲਾਫ਼ ਮੁਹਿੰਮ ਖੋਲ੍ਹਣ ਜਾ ਰਹੇ ਹਾਂ। ਜਿੰਨੇ ਵੀ ਏਜੰਟ ਆ ਆਪਣਾ ਆਪਣਾ ਹੁਣ ਬਚਾਅ ਕਰ ਲੈਣ, ਜਿਹੜੇ ਪੁੱਠੇ ਕੰਮ ਕਰਦੇ ਛੱਡ ਦੇਣ, ਨਹੀਂ ਤਾਂ ਇਹਨਾਂ ਦੇ ਖਿਲਾਫ਼ ਬਹੁਤ ਵੱਡੀ ਕਾਰਵਾਈ ਕੀਤੀ ਜਾਵੇਗੀ ਸਾਡੀ ਪਾਰਟੀ ਵੱਲੋਂ।